डॉक्टर आ गया कहते गोपी का बीपी लो हो गया। जय हो पांची ते खड़ा मुंडा जित जूगा मेरी गल सुनो गोपी भी सवेर का सात बजे तुरे वरना गोपी मुंडे अपने नाल हां कोई तुरै इत्थे कोई सवेर का भाजी पापी पेट दी मैं पेट दी खातर अज घरे भी रोटी बंद गड़ासे सदे आ गड़ासे पूरे बढ़ दियो हड्डी तक नहीं छड़नी मेरे कच्चे भी बेचारे साइड ते लगे आ क्योंकि उन्होंने पता अज मेहमान आने करके दे ला उधर अपना पोस्टर हैगा ना मझा आले पोस्टर पूरे स्पेशल आया कि इन्हां नूं पूरा ऐ नतामा जामा फिट होवे सब कलिया कुलिया हो गई साड़ी पांची दी कुड़े तैयारी है संत जी सब कलिया कुलिया हो गई जेब चो परे हो गए मार लिया कर रात को पड़दे वाली गल तां रख साड़ी पांची दी कुड़े तैयारी है साला जागो जिन्ना चा चढ़िया पिया आ है ना इधर दे ला अज कट्टा नहीं इधर प्रोटीन पूरा होना इन्हों का अज आ दे आ चेहरे के पिछे पता मेनू राज की आ लेग पीस दस दस कर लो चलो आ दे ला अज महीने का प्रोटीन पूरा करके जाना मनवीर ने तो जो जिम जाता है ना ऐसा जाओ ना यार ए तुसी खाना मैं नहीं खाना कल्ले ले इधर अपना पोस्टर गैस चूल्हा मज्जा ले स्पेशल लवाया यार ए जीतो बबलगम मुंह चो कट बबलगम मुंह चो कट के यूर अंडरस्टैंड माई चोन निशान चूल्हा जिथे आपा दोने जने बैकर रोटियां खावांगे ठीक ओ तेरे आशीर्वाद यस मैनू पता मैं आ ठीक है ओके हले नहीं चोनी जरा कट के चोवांगे ओ हेलो इदा निकालनी मूली लिया गया चोने चोने की हुण की होया मुंता है या कोई आ भी जाऊ मेरी गल सुन कोई आ भी जाऊगा ओए हेलो हां जी मैं क्या पाजी पहुंचे टाइम ना ही गोपी बोलदा वधिया वधिया आ जाओ टाइम ना ही हुण मैनूं घरे ना सद्दा देना जान पवे कर लो कर लो सैकटरी ना गल करो हेलो ओ किधर ਹੈ ਮੈਕ ਵੀ ਪਵਾ ਦੇਣੇ ਆ ਬਾਬਾ ਸੌਖ ਰੱਖੇ ਇਹਨੂੰ ਮੈਕ ਮੁੱਕ ਪਵਾ ਕੇ ਨਾ ਬੈਟਰੀ ਵੀ ਇੱਕ ਸਾਈਡ ਦੀ ਰਖਾਉਣੀ ਆ ਕੋਈ ਮਾੜੀ ਧੀੜੀ ਨਹੀਂ ਰੱਖਣੀ ਤਦੇ ਦਾ ਚਾਚਾ ਮੈਂ ਚਾਚਾ ਕੰਮ ਤਾਂ ਤਦੇ ਪਹਿਲੇ ਸ਼ੁਰੂ ਕਰਤਾ ਮੈਂ ਕਿਹਾ ਕੱਲ ਕਵੇ ਨਾ ਕੋਈ ਗ੍ਰਾਂਡ ਗਰੂੰਡ ਖਾ ਗਿਆ ਉਹ ਫਰਿੱਜ ਜਿਆ ਦੇ ਕੇ ਆਹੋ ਜਾਓ ਉਹਦੀ ਪਹਿਲਾਂ ਲੜਾਈ ਤੋਂ ਕਰਾਵਾਂਗੇ ਪਹਿਲਾਂ ਇਸ਼ਨਾਨ ਕਰਾਉਣਾ ਇਸ਼ਨਾਨ ਕਰਾ ਕੇ ਮੈਂ ਯਾਰ ਸੋਫੀਆਂ ਨਾ ਕੋਈ ਖਾਂਦਾ ਨਾ ਪੀਂਦਾ ਲਾ ਕਿਹੜੇ ਚੱਕਰੀ ਪਾਤਾ ਤੁਸੀਂ ਮੈਨੂੰ ਮੈਨੂੰ ਇੰਨਾ ਤੇਰਾ ਪਤਾ ਆ
ਆਵੇ ਕਲੇਜੀ ਦੇ ਮਾਲਕ ਜਿਨ੍ਹਾਂ ਨੇ ਕੋਟਾ ਕਲੇਜੀ ਸਿੱਧਾ ਗੰਮਣੀ ਅੰਦਰ ਵਾਲੇ ਬੋਰਡ ਬੂਰਡ ਵੀ ਪਵਾ ਲਿਆ ਜੇ ਕੋਈ ਯਾਰ ਦੋਸਤ ਹੈਗਾ ਮੇਰੇ ਬਾੜ ਚ ਕੋਟਾ ਕਲੇਜੀ ਸਿੱਧਾ ਹੀ ਅੰਦਰ ਹੈ ਅੱਜ ਖਾ ਕੇ ਕਿਤੇ ਮਾਸ ਨੀ ਪੂਰਾ ਹੋ ਜਾਣਾ ਕੀ ਹੋਇਆ ਅੰਦਰ ਬੜੇ ਬੰਦੇ ਨਾਲ ਹੀ ਤੇਰੇ ਹੱਥ ਚ ਬੂਟ ਹੈ ਸੱਚੀ ਗੱਲ ਆਇਓ ਜੇ ਝੂੜਾ ਝਾੜਾ ਲੈਣਾ BMW ਚ ਦੇ ਲੋ ਉਹ ਕੀ ਕੀ ਹੋਇਆ ਉਹ ਬਹਿ ਗਏ ਥੱਲੇ ਕੋਈ ਚੱਕਰ ਨੀ ਇਧਰ ਦੇ ਲਾ ਕਲੀਆਂ ਕੁਲੀਆਂ ਹੋ ਗਈਆਂ ਕੀ ਹੋ ਗਿਆ ਲੈ ਪਾਣੀ ਚੈੱਕ ਕਰੀਏ ਟੇਸਟ ਆ ਉਹ ਲੈ ਪੀ ਕੇ ਦੇਖ ਠੰਡੀ ਹੋ ਗਈ ਯਾਰ ਕਿੱਦਾਂ ਹੱਥ ਪਾਇਆ ਦੇਖਤਾ ਇਹ ਸਾ ਜਨਰੇਟਰ ਹੀ ਆ ਗੜਾਸੇ ਜਨਰੇਟਰ ਤਾਂ ਆ ਆ ਉਹਦਾ ਗੜਾਸੇ ਆ ਪੂਰੇ ਉਹ ਆ ਮੋਟਰ ਕਾਹਦੇ ਚੱਲੀ ਜਾਂਦੀ ਆ ਆ ਡੋਲ ਕੇ ਭਰ ਦੇ ਉਹ ਇਹ ਸਿੱਧੀ ਸਮੁੰਦਰ ਚ ਗੱਲਬਾਤ ਆ ਤਾਂ ਕਰਕੇ ਆ ਸਾਲੇ ਹੁਣ ਤਾਂ ਟਾਟਾ ਹੀ ਮਰ ਗਿਆ ਸਿੱਧਾ ਹੀ ਸਿੱਧਾ ਹੀ ਹੁਣ ਸਮੁੰਦਰੀ ਝੱਗ ਇੱਥੇ ਹੀ ਆ ਗਾਨੀ ਆ ਮਨਵੀਰ ਅੱਜ ਮਾਸ ਤੇਰਾ ਪੂਰਾ ਡੋਲੇ ਡੋਲੇ ਨੂੰ ਲੱਗੂਗਾ ਕਿਤੇ ਨਾ ਕਿਤੇ ਚਿਕਨ ਤਦੇ ਤਾਂ ਮੈਂ ਉਹਨੂੰ ਕਿਹਾ ਜੱਗ ਦੇ ਉਹ ਨਹੀਂ ਨਹੀਂ ਓਏ ਨਹੀਂ 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 ਓਏ ਨਹੀਂ ਆਹ ਲੈ ਲੈ ਇੱਕ ਗਲਾਸੀ ਹੋਰ ਲੈ ਲੈ ਤੁਸੀਂ ਤਾਂ ਇੱਦਾਂ ਕਹਿੰਦੇ ਜਿੱਦਾਂ ਗਲਾਸੀਆਂ ਦਾ ਕਾਲ ਪੈ ਗਿਆ ਹੁੰਦਾ ਡੈਡੀ ਲਿਆ ਬਾਲਟੀਆਂ ਚੋਈਏ ਓ ਹੈਲੋ ਮਨਵੀਰ ਲਿਆਓ ਬਾਲਟੀਆਂ ਇਹ ਕਿਤੇ ਚਾਚਾ ਪੈ ਗਿਆ ਜਿਹਨੂੰ ਏਦਾਂ ਪੁਣ ਪੁਣ ਪੀਨੇ ਆ ਖੁਸ਼ੀ ਬਹੁਤ ਆ ਓ ਯਾਰ ਕਿਤੇ ਨੀ ਇਹਨੂੰ ਖਾਣ ਨਾਲ ਪ੍ਰੋਟੀਨ ਪੂਰਾ ਹੁੰਦਾ ਆਹੋ ਇਹ ਵੀ ਗੱਲ ਸਹੀ ਆ ਨਹੀਂ ਸਹੀ ਗੱਲ ਆ ਅੱਜ ਕਿੰਨਾ ਰੁਪਇਆ ਲਾ ਸਹੀ ਗੱਲ ਆ ਜਾਗੋ ਵਾਲਾ ਕੋ ਮਾਹੌਲ ਤਾਂ ਵੇਖ ਲਾ ਸਪੈਸ਼ਲ ਹਲਵਾਈ ਸੱਦਿਆ ਆ ਹੋਰ ਕਿਆ ਜੀਤੋ ਦੇ ਜਨਮ ਦਿਨ ਤੇ ਆਪਾਂ ਆਹੀ ਕੋ ਕਰਨਾ ਆ ਆਹੀ ਹਲਵਾਈ ਪੱਕਾ ਫੈਕਸ ਲਿਆ ਲਿਆ ਕਿਹੜਾ ਵਧੀਆ ਜਿਹਾ ਜਗਾੜ ਜਿਹਾ ਰੱਖਿਆ ਪਤੀਲਾ ਪਾ ਉਹ ਇਹਨੂੰ ਮਿੱਟੀ ਲਾਈ ਨੀ ਡੈਡੀ ਬੱਚਾ ਛੱਡ ਧਾਰ ਚੋਦ ਮਾ ਫਿਰ ਅੱਛ ਪੈ ਜਾਣਾ ਇਸ਼ਨਾਨ ਕਰਾਓ ਪਹਿਲਾਂ ਸਾਰੇ ਦਾ ਛੜੇ ਦੇ ਪਵਾੜੇ ਆ ਨਹੀਂ ਬਸ ਆਪਾਂ ਇੱਥੇ ਕਿਤੇ ਕਰੇ ਬਣਾ ਰੁਕ 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 ਆਪਣੇ ਡੈਡੀ ਦਾ ਨਾਂ ਲੈ ਪਹਿਲਾਂ ਤੂੰ ਕਰ ਲੈ ਉਹ ਇੰਨੀਆਂ ਕੋ ਗੁੱਟੀਆਂ ਆ ਇੰਨਾ ਇਹਨੇ ਖਾਧਾ ਨੀ ਹੋਣਾ ਜਿੰਨਾ ਉਹ ਦੇਖ ਕੇ ਐਵੇਂ ਆ ਨਾਲ ਮੂੰਹ ਚ ਘੁੰਡੀ ਮੁੜੀ ਆ ਦੇਖ ਦਸ ਸਾਲ ਮੇਰੀ ਜਾਗੋ ਨਿਕਲ ਜਾਣੀ ਸੀ ਵਿਆਹ ਦੀ ਜਿੰਨਾ ਖਰਚਾ ਕਰਤਾ ਲੈ ਉਹ ਕੁਛ ਨੀ ਬਣਦਾ ਆ ਵੇਖ ਲਾ ਇੱਧਰ ਇੱਧਰ ਆ ਦੰਦ ਪੂਰੇ ਰੇਤੀ ਲੱਗੀ ਆ ਜੇ ਨਹੀਂ ਰੇਤੀ ਹੈਗੀ ਭਰਾ ਅੰਦਰ ਪਈ ਆ ਲਵਾ ਲਾ ਦੰਦਾਂ ਨੂੰ ਛੱਡਿਓ ਨਾ ਅੱਜ ਲੈਗ ਪੀਸ ਕੀ ਖਾਣਾ ਲੈਗ ਪੀਸ ਡੋਲੂ ਡੋਲੂ ਲਿਆਏ ਨਹੀਂ ਮੇਰੇ ਗਾਸ ਵਾਲਾ ਉਹ ਪੱਦ ਮਾਰੀ ਜਾਂਦਾ ਚਾਚਾ ਇੱਕ ਘਰ ਨੂੰ ਇੱਕ ਹੀ ਬੰਦਾ ਯਾਰ ਇੱਕ ਜੀ ਆਏ ਥੋੜੀ ਇਹਨਾਂ ਦੀ ਤਾਂ ਵੋਟ ਵੀ ਨੀ ਬਣੀ ਜਿਹੜੇ ਆਏ ਆ ਚਾਰ ਜਣੇ ਆਏ ਆ ਹੈ ਚਾਚਾ ਇਹਨਾਂ ਦੀ ਤਾਂ ਵੋਟ ਵੀ ਨੀ ਬਣੀ ਕੀ ਕਹਿਣਾ ਚਾਹੋਗੇ ਇਹ ਪੰਪ ਕਿਹਦੇ ਦਿੱਤਾ ਪੰਚ ਬੰਡ ਦਾ ਆ ਵੇ ਆ ਪੰਪ ਵਾਲੇ ਆ ਖੜੇ ਆ ਬਣ ਅਸੀਂ ਤੇਰੇ ਨਾਲ ਆ ਮੰਗਿਓ 100 ਰੁਪਇਆ ਨੀ ਕਿਸੇ ਨੇ ਦਿੱਤਾ ਚਾਚਾ ਮੰਗਿਆ ਝੰਮੇ ਨੇ 100 ਰੁਪਇਆ ਨੀ ਦਿੱਤਾ ਪੰਚ ਬਣ ਚ ਬਾਕੀ ਦਿਹਾੜੀ ਜਿਹੜੀ ਆ ਮੈਂ ਤਾਂ ਸਾਰਾ ਸਵੇਰ ਦਾ ਆਪਣੀ ਵਾਈਫ ਦਾ ਮੂੰਹ ਨਹੀਂ ਦੇਖਿਆ ਆ ਵੇ ਆ ਗਿਆ ਬੂਬਾ ਵੀ ਨਹੀਂ ਦੇਖਿਆ ਵਾਈਫ ਦਾ ਹੁਣ ਕਿਹਦਾ ਹੈ
ਬਾਈ ਵਿਦਕ ਸਹੇਲੀ ਦਾ ਪੰਜ ਸਾਹਿਬ ਵੀ ਆ ਗਿਆ ਆ गोपी ने बीबी लू हो गया उधरले पासो गोपी ने कैंडिडेट भी मारे करन ओजले दी घड़ी मासी नू कदी नूडल कदी ब्रेड कदी कॉल बीबी लो हो गया बीबी लो रहा किथे पे बीबी जगन चाचा सियाने वाली गल नी हुण होर बच जाना है बीबी बधाता बीबी घटिया मेरा डॉक्टर आ गया कहिंदे गोपी दा बीबी लो हो गया ते डॉक्टर सद्दना पिया बीबी भाई आहो चंगा लग गड्डी च गड्डी च चला लोकी देखूंगे गड्डी च बैठ गड्डी च बैठ गड्डी च नहीं नहीं सही इत्थे कर लेना चेक बंदा सद्दना पिया कहिंदे बीबी लो हो गया गोपी बीबी लो हो गया मुंडे दा सरपंच बीबी लो करता मुंडे दा बीबी लो हो गया गोपी का आयो देखो पंडित जी पंडित जी पंडित जी ओ भाव पंडित जी क्या जय हो पांची ते खड़ा मुंडा जित जूगा पंडित जी क्या बात है अच्छी बात है तू मेरा हाथ देख ओ हाथ देख जफी नी पंडित जी कहां रहने लगे घबराया पया मेरी जनानी यही होगा यही होगा ठंडी पट्टी रख दो नींबू हिले बना परमात्मा मिलेगा भक्ति से भक्ति कौन है भक्ति अंदर बैठी हुई है।
पिक्चर लो एक पिक्चर एक पिक्चर को ले लो पंडित जी एक पिक्चर 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 हूं मैं हूं वो पिक्चर ले लो यार पंडित जी सीधे खड़ो सीधे पंडित सीधे खड़ो सीधे लक्ष्मी छोड़ी नहीं इन्होंने आई थे मेरे के लक्ष्मी का तो मत मत्था टेक ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਤੁਹਾਨੂੰ ਸਾਡੇ ਪਿੰਡ ਦੇ ਬਜ਼ੁਰਗ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਦੀ ਉਮਰ 112 ਸਾਲ ਆ ਦਿਲ ਖੁਸ਼ ਹੋ ਗਿਆ ਉਹਨਾਂ ਨੇ ਵੀ ਅੱਜ ਵੋਟ ਪਾਈ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਇਹਨਾਂ ਦਾ ਜਨਮ ਰੌਲਿਆਂ ਵਾਲੇ ਸੰਨ ਕਿੰਨੇ ਨੂੰ ਸੰਨ 47 ਨੂੰ 35 ਸਾਲ ਦਾ ਸੀ ਸੰਨ 47 35 ਸਾਲ ਦੇ ਸੀਗੇ ਤੇ ਤੁਸੀਂ ਆਪੇ ਹਿਸਾਬ ਲਾ ਲਿਓ ਤੇ ਕਿੰਨੀ ਉਮਰ ਹੋ ਗਈ ਤੇ ਹੱਲੇ ਵੀ ਬਜ਼ੁਰਗ ਮੰਨਦੇ ਨਹੀਂ ਹੈਗੇ ਕਿਉਂ ਜੀ ਹੋਰ ਬਾਬਾ ਠੀਕ ਠਾਕ ਹੋ चक्कर बीपी वोट पाया वधिया वोट पा गोपी नु पाया पता नहीं कहने पा लिया बीपी बूपी तो नहीं ऐदा का कोई शुगर शागर ਇਦਾਂ ਦਾ ਕੌਣ ਨਹੀਂ 112 ਸਾਲ ਉਮਰ ਹੋ ਗਈ ਹੈ ਮੈਂ ਨਾ ਰਖਾਉਂਦੀ ਆ 112 ਸਾਲ ਨੇ ਤਾਂ ਅੱਜ ਦੇ ਦਾ 20-25 ਸਾਲਾਂ ਦੇ ਵਿੱਚ ਪਟਾਕੇ ਪਏ ਹੀ ਹੁੰਦੇ ਆ ਸਾਡੇ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿੰਨੀ ਕੁ ਹੀ ਹੈਗੇ ਆ ਤਕੜੇ ਚਲੋ ਠੀਕ ਆ ਜੀ ਮਿਲਦੇ ਆ ਸਾਰੇ ਖਾੜ ਦਿਓ ਖਾੜ ਦਿਓ ਆ ਜੀ ਗੋਪੀ ਨੂੰ ਵਧਾਈਆਂ ਦੇ ਰਿਹਾ ਸਾਰੇ ਜਾਣੇ ਗੋਪੀ ਪੰਜ ਦੇ ਜਿੱਤ ਗਿਆ ਆਹ ਦੇ ਟਿੰਡਾ ਅਦਰਕ ਤਾਂ ਚੌਂਕਦੀ ਹੁਣ ਲਓ ਜੀ ਖੜ ਜਾਓ ਚਲੋ ਚਲੋ ਹਾਂ ਖੜ ਜਾ ਤੂੰ ਵੀ ਖੜ ਜਾ ਚੱਲ ਸ਼ਿੰਦੇ ਖੜ ਜਾਓ लो जी चलो बहुत बहुत वधिया हो गए ਮੈਂ ਤਾਂ ਇਹ ਸੀ ਕਿਤੇ ਹਾਰੇ ਨਾ ਜਾਵੇ ਆ ਮੈਨੂੰ ਬਹੁਤ ਫਿਕਰ ਮੈਂ ਕਿਹਾ ਇੰਨਾ ਖਰਚਾ ਕੀਤਾ ਸ਼ੁਕਰ ਮੈਂ ਪਤਾ ਬਾਬਿਆਂ ਦੇ ਮੱਥਾ ਟੇਕ ਆਪਣੇ ਸ੍ਰੀ ਚੰਦ ਦੀ ਫੋਟੋ ਉਹਦੇ ਮੇਰੇ ਮੱਥਾ ਟੇਕ ਮੇਰੇ ਗੋਪੀ ਨੂੰ ਪਾਸ ਕਰਦੇ ਬਾਬਾ ਸ਼ੁਕਰ ਹੋਇਆ ਮੈਂ ਕਿਹਾ ਜੇ ਹਾਰ ਜਾਂਦਾ ਫੇਰ ਔਖਾ ਕਿੱਦਾਂ ਦੇ ਬੋਲ ਬੋਲ ਅਰੇ ਕਿਹੜਾ ਬਾਬਾ ਤਿਆਰ ਹੋਇਆ ਬਾਬਿਆਂ ਦੀ ਮੰਨਦਾ ਸਹੀ ਗੱਲ ਹਾਂ ਸ਼ੁਕਰ ਬੀਬੀ ਦੇ ਲੈ ਪੁੱਠਾ ਨਾ ਲਿਆ ਹੁਣ ਪੁੱਠੇ ਨਾ ਨਹੀਂ ਲੈਣੇ ਹੁਣ ਤੂੰ ਪੈਂਚ ਪਾਇਆ ਤੈਂ ਵੀ ਨਹੀਂ ਲੈਣਾ ਇਹਨੂੰ ਵੀ ਕਹਿਤਾ ਨਹੀਂ ਏਦਾਂ ਦੇ ਨਾ ਨਹੀਂ ਲੈਣੇ ਹੁਣ ਕਿੱਥੋਂ ਨਿਕਲੇ ਸੁੱਤਾ ਉੱਠਿਆ ਨਹੀਂ ਤੂੰ ਕਹ ਮੈਂ ਕਿਹੜਾ ਨਾਂ ਲੈਂਦਾ ਹੁੰਦਾ ਮੈਂ ਤਾਂ ਲਿਆ ਹੀ ਨਹੀਂ ਕਦੀ ਹੈ ਓਏ ਤੂੰ ਕਹ ਮੈਂ ਤਾਂ ਕਦੀ ਨਾਂ ਲਿਆ ਮੈਂ ਕਿੱਥੇ ਜਾਣਾ ਨਹੀਂ ਪੰਮੀ ਵੱਲ ਨਹੀਂ ਪੈਸੇ ਲੈ ਲਈ ਉਹਨੂੰ ਬਧਾਈਆਂ ਲੈ ਡੱਬਾ ਦੇ ਦੇ ਵਿਚਾਰੀ ਨੇ ਸਵੇਰੇ ਹੀ ਫੋਨ ਲਾਇਆ ਤੇਰੀ ਭੂਆ ਦੇ ਵੀ ਆਏ ਗੋਗਾਂ ਦਾ ਨਹੀਂ ਆਇਆ ਹਜੇ ਹਾਂ ਮੇਰੇ ਕਿੰਨੇ ਗੁਰਪ੍ਰੀਤ ਕਿਹਾ ਕਰੋ ਗੁਰਪ੍ਰੀਤ ਸਿੰਘ ਆ ਜਿਹੜਾ ਫੋਟੋ ਤੇ ਲਿਖਿਆ ਆ ਤੂੰ ਪੜਿਆ ਤੈ ਪੜਿਆ ਨਾ ਆਹੋ ਮੈਂ ਤਾਂ ਬਾਹਰ ਦੇਖਿਆ ਨੌ ਮੈਂ ਸਾਰੇ ਪੜ੍ਹੇ ਆ ਇੱਦਾਂ ਤਾਂ ਪੜ੍ਹ ਲੈਂਦੀ ਹੈ ਭਾਪੇ ਦੇ ਦਿਨ ਮੈਂ ਕਿਹਾ ਤੁਸੀਂ ਦੇਖਿਆ ਗੋਪੀ ਦਾ ਪੇਪਰ ਕਹਿੰਦਾ ਹਾਂ ਮੈਂ ਕਿਹਾ ਬਾਹਰ ਮੈਂ ਪੜ੍ਹ ਕੇ ਆਈ ਕੋਟ ਅਗਲਿਆਂ ਨੇ ਪਾਇਆ ਤੇਰੇ ਆ ਕੋਟ ਪਾ ਕੇ ਕੋਟ ਉਹਨਾਂ ਨੇ ਵੋਟਾਂ ਵਾਲਿਆਂ ਨੇ ਪਾਇਆ ਇੰਟਰ ਮਾਸਟਰ ਜਿਹੜੇ ਗਿਣਦੇ ਹੁੰਦੇ ਆ ਕੋਟ ਉਹਨੇ ਉਹੀ ਪਾਇਆ ਮੈਂ ਕਿਹਾ ਨਿਆਣਿਆਂ ਨੇ ਪਾਇਆ ਰੌਂਕੇ ਭੌਂਕੇ ਕਹਿੰਦਾ ਨਹੀਂ ਉਦਾਂ ਹੀ ਆ ਪਾੜਿਆ ਨਹੀਂ ਆਪਣੀ ਕਦਰ ਕਰੀ ਦੀ ਹੁੰਦੀ ਆ ਮੈਂ ਦੇਖਾਂ ਉਹਨੂੰ ਪੱਠੇ ਵੱਢਦਾ ਗੋਪੀ ਹਾਫੇ ਕੀ ਆ ਤੁਹਾਡੀ ਆਦਤ
ਫੇਰ ਵਾ ਬੂਥ ਤੇ ਤੂੰ ਮੀ ਆ ਤੇਰੀ ਮਾਂ ਆਉਂਦੀ ਕਹਿੰਦੇ ਲੱਤਾਂ ਮਾਰ ਦੇ ਇੱਕ ਦੂਜੇ ਕੱਟੇ ਲਗੂ ਜਾ ਜਾ ਫੇ ਉਹ ਕੱਜਦਾ ਹੀ ਨਹੀਂ ਹੈ ਨਾ ਹਾਇ ਫੇ ਕੱਲ ਸਾਰੀ ਦਿਹਾੜੀ ਗੁਜ਼ਾਰੀ ਆ ਹਾਰੀ ਕਾ ਤੇਰੇ ਸਾਰੀ ਦਿਹਾੜੀ ਅਕਲ ਹੈ ਨਹੀਂ ਤੁਹਾਨੂੰ ਬੀਬੀ ਰੌਂਕੀ ਫੌਂਕੀ ਕਹਿੰਦਾ ਮੈਂ ਫੈਂਟ ਦੇਣਾ ਮੈਂ ਤਾਂ ਆਪ ਕਿਹਾ ਵੀ ਇਹ ਇਦਾਂ ਦੇ ਕੰਮ ਨਹੀਂ ਕਰਨੇ ਹੁਣ ਤਾਂ ਆਹੋ ਅਕਲ ਸਿੱਖੀ ਦੀ ਹੁੰਦੀ ਆ ਨੇ ਫੜਾ ਮੈਂ ਦੇਖਾਂ ਪੱਠੇ ਵੱਢਦਾ ਕਿ ਮੈਂ ਵੱਢਾਂ ਰੁਕ ਚੱਲ ਪੱਠੇ ਵੱਢ ਕੇ ਆਮਦੇ ਆ ਬੀਬੀ ਹੁਣ ਮੈਂ ਹੈਗਾ ਪੰਚ ਆਹੋ ਹੁਣ ਮੈਨੂੰ ਥੋੜਾ ਇੱਜ਼ਤ ਨਾਲ ਬੁਲਾਵੋ ਹੈ ਮੈਨੂੰ ਇੱਜ਼ਤ ਨਾਲ ਬੁਲਾਇਆ ਕਰੋ ਨਹੀਂ ਮੈਂ ਆਪ ਕਹਿੰਦੀ ਆ ਕਿ ਪੰਚ ਪੰਚ ਤੇ ਨਹੀਂ ਆਉਣਾ ਤੇਰੇ ਕੋਲ ਕਿਸੇ ਨੇ ਫਿਰ ਰੌਂਕੀ ਫੌਂਕੀ ਕੀ ਹੁੰਦਾ ਰੌਂਕੀ ਫੌਂਕੀ ਕੀ ਹੁੰਦਾ ਨਾ ਲਿਖਿਆ ਨਹੀਂ ਰੌਂਕੀ ਫੌਂਕੀ ਕੀ ਹੁੰਦਾ ਇਹ ਰੌਂਕੀ ਫੌਂਕੀ ਕਹਿੰਦਾ ਨਹੀਂ ਨਹੀਂ ਇਦਾਂ ਨਹੀਂ ਕਹਿਣਾ ਹਾਂ ਮੈਂ ਫੈਂਟ ਦੇਣਾ ਇਹ ਚੱਕ ਦਵਾਂ ਹਾਂ ਫੇ ਆਖ ਲੋ ਤੇਰੀ ਵੀ ਤੁਸੀਂ ਆਤਮਾ ਵਾਹਿ ਪੜਾਉਂਦੇ ਸਿੰਬੀ ਕਹਿੰਦੀ ਤੂੰ ਸੋਟੀ ਲਈ ਫਿਰਦੀ ਹੁੰਦੀ ਉੱਥੇ ਸਟੈਂਡ ਹੈ ਪੈਣਾ ਹਾਂ ਨਕਲਾਂ ਨੂੰ ਵੀ ਰਹਿੰਦੇ ਹਾਂ ਕੀ ਹੈ ਕਿੱਥੋਂ ਫੜ ਲੈਂਦੇ ਆ ਚੱਲ ਫੜੀ ਫੜੀ ਮੈਂ ਤਾਂ ਹੁਣ ਦੇਖਾਂ ਵੱਜਦਾ ਤਾਂ ਨਹੀਂ ਆ ਬੀਬੀ ਤਾਂ ਕਰੂਣ ਵੱਜੇ ਕਰੂਣ ਵੱਜੇ ਉਹ ਮੈਨੂੰ ਦੇ ਨੋ 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 ਕਰੂਣ ਮੈਂ ਨਹੀਂ ਬੈਠਾ ਹੁਣ ਮੈਨੂੰ ਕਿੱਥੇ ਲੈਣਾ ਮੈਂ ਤਾਂ ਪੱਛੇ ਬੱਟੇ ਨਹੀਂ ਓਏ ਆ ਜਾ